ਮਾਂ ਪੁੱਤ ਕਾਨਰੀ ਛਾਤਰ ਹੇਠ ਜ਼ਿੰਦਗੀ ਬਿਤਾ ਰਹੇ ਨੇ। ਮਾਂ ਪੁੱਤ ਦੇ ਵੱਲੋਂ ਐਨਆਰਆਈ ਤੇ ਦਾਨੀ ਵੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਲੋਂ ਮਦਦ ਦੀ ਗੁਹਾਰ ਲਗਾਏਗੀ। ਜੀ ਹਾਂ, ਇਹ ਪਰਿਵਾਰ ਹੈ ਗੁਰਦਾਸਪੁਰ ਦੇ ਨਜ਼ਦੀਕ ਪੈਂਦੇ ਪਿੰਡ ਲੌਂਗੋਵਾਲ ਖੁਰਦ ਦਾ, ਜਿੱਥੋਂ ਇੱਕ ਮਾਂ ਪੁੱਤ ਜੋ ਕਿ ਬਹੁਤ ਹੀ ਗਰੀਬੀ ਦੀ ਹਾਲਤ ਦੇ ਵਿੱਚ ਰਹਿ ਰਹੇ ਨੇ। ਹਾਲਾਤ ਅਜਿਹੇ ਹਨ ਕਿ ਕੁਝ ਦਿਨ ਪਹਿਲਾਂ ਜਦੋਂ ਮਾਤਾ ਦੇ ਪਤੀ ਦੀ ਮੌਤ ਹੋ ਗਈ ਤਾਂ ਉਸਦਾ ਸੰਸਕਾਰ ਵੀ ਇਹਨਾਂ ਦੇ ਕਰਜ਼ਾ ਚੁੱਕ ਕੇ ਕੀਤਾ। ਗੱਲਬਾਤ ਕਰ ਰਹੇ ਪੀੜਿਤ ਮਾਤਾ ਅਤੇ ਉਸਦਾ ਪੁੱਤਰ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਮਾਤਾ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਕਿਉਂਕਿ ਪਹਿਲਾਂ ਕਰਜ਼ਾ ਚੁੱਕ ਕੇ ਇਸਨੇ ਆਪਣੇ ਤਿੰਨ ਧੀਆਂ ਦਾ ਵਿਆਹ ਕੀਤਾ ਸੀ। ਅਜੇ ਉਹ ਕਰਜ਼ਾ ਵੀ ਨਹੀਂ ਸੀ ਲੱਥਾ ਕਿ ਇਸਦਾ ਪਤੀ ਵੀ ਚੱਲ ਵਸਿਆ। ਇਸਦਾ ਸੰਸਕਾਰ ਕਰਨ ਦੇ ਲਈ ਵੀ ਇਹਨਾਂ ਨੂੰ ਕਰਜ਼ਾ ਚੁੱਕਣਾ ਪਿਆ। ਉੱਧਰ ਕੋਰੋਨਾ ਦੇ ਕਾਰਨ ਇਸਦੇ ਪੁੱਤਰ ਨੂੰ ਵੀ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਇਹਨਾਂ ਦਾ ਗੁਜ਼ਾਰਾ ਬਹੁਤ ਹੀ ਔਖਾ ਹੋ ਰਿਹਾ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਐਨਆਰਆਈ ਧਨੀ ਸੱਜਣਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਦੱਸਣਾ ਕੀ ਗੱਲ ਹੈ, ਕੀ ਪ੍ਰੋਬਲਮ ਤੁਹਾਨੂੰ ਇੱਥੇ ਆ ਰਹੀ? ਇੱਦਾਂ ਵੀ ਮੈਂ ਆਪਣੇ ਸਿਰ 'ਤੇ ਕੁੜੀਆਂ ਵਿਆਹੀਆਂ, ਇਹਦੇ ਵੀ ਨਹੀਂ ਕੰਮ ਕਰ ਸਕਦਾ ਹੈ, ਅਤੇ ਬਜ਼ੁਰਗ ਹੀ ਤਾਂ ਇੱਦਾਂ ਮੈਂ ਆਪਣੇ ਸਿਰ 'ਤੇ ਮਿਹਨਤ ਕਰਕੇ ਅਤੇ ਫਿਰ ਕੁੜੀਆਂ ਨੂੰ ਵਿਆਹ 'ਚ ਨਹੀਂ ਚੜ੍ਹਾ ਕੀਤਾ ਵਾ। ਦੋਵਾਂ ਦੇ ਗੁਰਦੁਆਰੇ ਫੇਰੇ ਕੀਤੇ ਅਤੇ ਇੱਕ ਤਾਂ ਗਿਰਜੇ 'ਚ ਕੀਤਾ ਸੀ, ਅਤੇ ਬਾਅਦ ਦੇ ਵਿੱਚ ਮੁੜ ਕੇ ਫਿਰ ਇੱਦਾਂ ਵੀ ਅਸੀਂ ਇੱਦਾਂ ਟੋਕਰੀ ਗੋਇਆ ਢੋ ਢੋ ਕੇ ਲੋਕਾਂ ਦੇ ਪਿੰਡ 'ਚ ਕੰਮ ਕਰਕੇ, ਅਤੇ ਹੁਣ ਨਹੀਂ ਮੇਰੇ ਕੋਲ ਕੰਮ ਹੁੰਦਾ, ਅਤੇ ਇੱਦਾਂ ਕਰਕੇ ਅਤੇ ਮੇਰੀ ਨਹੀਂ ਹੁਣ ਹਾਲਤ ਕੋਈ ਮਾੜੀ ਆ, ਅਤੇ ਹੁਣ ਮੈਂ ਇੱਦਾਂ ਕਰਜ਼ਾ ਚੁੱਕ ਕੇ ਅਤੇ ਫਿਰ 10,000 ਰੁਪਈਆ ਲਾਇਆ ਇਹਦੇ 'ਤੇ, ਅਤੇ ਫਿਰ ਬਾਅਦ ਦੇ ਵਿੱਚ ਫਿਰ ਇੱਦਾਂ ਦਸਵਾਂ ਕੀਤਾ ਵਾ ਆਪਾਂ, ਅਤੇ ਮੁੜ ਕੇ ਫਿਰ ਨਹੀਂ ਆਂਢੀ ਕੋਈ ਬਾਂਹ ਫੜਨ ਡਿਆ ਇੱਥੇ ਵੀ, ਅਤੇ ਘਰ ਦੀ ਹਾਲਤ ਬਹੁਤ ਮਾੜੀ ਆ, ਅਤੇ 7-8 ਵੇਖਣ ਆਣ ਕੇ ਕੱਚੀ ਆ, ਅਤੇ ਇੱਦਾਂ ਕੋਈ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਡਿੱਗ ਪਏ ਅਤੇ ਕਿਹੜੇ ਵੇਲੇ ਨਹੀਂ। ਕੀ ਮੰਗ ਕਰਦੇ? ਹਾਂਜੀ, ਵੀ ਸਾਡਾ ਘਰ ਬੂਹਾ ਬਣ ਜਾਵੇ, ਅਤੇ ਸਾਨੂੰ ਇਹ ਕਰਜ਼ੇ ਦੇ ਥੱਲੇ ਅਸੀਂ ਇੰਨੇ ਆਏ ਹਾਂ ਜਿਹੜਾ ਕੋਈ ਹਿਸਾਬ ਹੀ ਨਹੀਂਗਾ, ਅਤੇ ਸਾਡੇ ਕੋਲ ਨਹੀਂ ਮੁੰਡਾ ਵੀ ਅਜੇ ਨਹੀਂ ਕੋਈ ਕੰਮ ਕਾਰ ਜੁੜਦਾ ਇਹਨੂੰ ਵੀ, ਅਤੇ ਇੱਦਾਂ ਹੀ ਵਿਹਲਾ ਵੀ ਫਿਰ ਹੰਡਿਆ, ਅਤੇ ਨਾ ਕੋਈ ਕੰਮ ਅਤੇ ਨਾ ਕੋਈ ਧੰਦਾ ਵੀ ਇਹਨੂੰ ਵੀ। ਕਿੰਨੇ ਬੱਚੇ ਸੀ ਤੁਹਾਡੇ? 4 ਨੇ, 3 ਬੇਟੀਆਂ ਅਤੇ 1 ਬੇਟਾ ਵਾ। ਹਾਂਜੀ ਹਾਂ, ਰੋਬਰਟ ਸਰ। ਰੋਬਰਟ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਸਰ ਜੀ, ਮੈਂ ਸਮਾਜ ਸੇਵਕ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਗਰੀਬ ਘਰ ਦੀ। ਸਰ ਸਾਡੀ ਕਾਨਿਆਂ ਵਾਲੀ ਛੱਤ ਆ, ਬਾਰਿਸ਼ ਆਉਂਦੀ ਆ, ਬੜਾ ਜ਼ਿਆਦਾ ਪਾਣੀ ਕਮਰੇ 'ਚ ਹੋ ਜਾਂਦਾ ਵਾ, ਸੋਣਾ ਵੀ ਕਿਸੇ ਦੇ ਘਰ ਪੈਂਦਾ ਵਾ। ਸਰ ਮੇਰੀਆਂ 3 ਭੈਣਾਂ ਸੀ, ਮੰਮੀ ਨੇ ਮਿਹਨਤ ਕਰਕੇ ਅਸੀਂ ਵਿਆਹ ਕੀਤੇ ਉਹਨਾਂ ਦੇ। ਸਰ ਜੀ ਫਾਦਰ ਦੀ ਡੈਥ ਹੋ ਗਈ ਆ। ਤੁਸੀਂ ਕੋਈ ਕੰਮ ਕਰਦੇ ਹੋ? ਸਰ ਜੀ ਕੰਮ ਕਰਦੇ, ਕਰੋਨਾ ਕਰਕੇ ਕੰਮ ਨਹੀਂ ਮਿਲ ਰਿਹਾ। ਆਪਣੇ ਪੈਰਾਂ ਤੇ ਖੜੇ ਹੋ ਸਕੀਏ। ਜੀ ਪਾਦਰੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰਾ ਨਾਂ ਰੋਸ਼ਨ ਮਸੀਹ ਪਾਸਟਰ ਹੈ। ਮੈਂ ਸਹੀ ਨਗਰ ਦੇ ਅੰਦਰ ਪਿੰਡ ਲੰਗੋਵਾਲ ਦੇ ਅੰਦਰ ਸੇਵਾ ਕਰਦਾ ਹਾਂ, ਔਰ ਸੇਵਾ ਦੇ ਦੌਰਾਨ ਵੇਖਦਾ ਕਿ ਇਹ ਘਰ ਦੇ ਅੰਦਰ ਹਾਲਾਤ ਬਹੁਤ ਬੁਰਦੇ ਰਹੇ, ਬਹੁਤ ਜ਼ਿਆਦਾ ਜਿਹੜੀ ਗਰੀਬੀ ਆ, ਔਰ ਅਸੀਂ ਬਾਹਰ ਵੀ ਵੇਖਦੇ ਹਾਂ ਕਿ ਕੋਈ ਰਸੋਈ ਨਹੀਂ ਆ, ਬਾਹਰ ਸਮਾਨ ਖਰਾਬ ਹੋ ਰਿਹਾ ਵਾ, ਅਤੇ ਪਤਾ ਨਹੀਂ ਇਹਨਾਂ ਗਰੀਬਾਂ ਨੇ ਵਿਚਾਰਿਆਂ ਨੇ ਕਿਸ ਤਰ੍ਹਾਂ ਮੀਂਹ ਕਣੀ ਆਉਂਦੀ ਆ, ਅਤੇ ਕਿਸ ਤਰ੍ਹਾਂ ਤਰਪਾਲ ਕਿੱਥੋਂ ਲਿਆਉਂਦੀ ਆ, ਜਾਂ ਕਿਸ ਤਰ੍ਹਾਂ ਕੀਤਾ ਵਾ। ਤੁਸੀਂ ਵੇਖ ਸਕਦੇ ਹੋ ਕੋਈ ਕਾਨੇ ਵਾਲੀ ਛੱਤ ਆ, ਬੁਰਜੀਆਂ ਕੀਤੀਆਂ ਹੋਈਆਂ ਨੇ। ਇਸ ਲੜਕੇ ਦੀਆਂ 3 ਭੈਣਾਂ ਨੇ, ਔਰ ਬੜੀ ਮੁਸ਼ਕਲ ਇਹਨੇ ਆਪਣੀ ਭੈਣਾਂ ਦੇ ਕਾਰਜ ਕੀਤੇ ਨੇ, ਪਤਾ ਨਹੀਂ ਕਿਸ ਤਰ੍ਹਾਂ ਉਹ ਵੀ ਕੀਤੇ ਨੇ, ਔਰ ਡੈਡੀ ਦੀ ਡੈਥ ਹੋ ਚੁੱਕੀ ਇਹਨਾਂ ਦੇ ਦੀ। ਅਤੇ ਮੈਂ ਚਾਹੁੰਦਾ ਵਾਂ ਕਿ ਕੋਈ ਭਰਾ ਸਾਡਾ ਵੀਰ ਇਹਨਾਂ ਦੀ ਬਾਂਹ ਫੜੇ, ਔਰ ਇਹਨਾਂ ਨੂੰ ਪੈਰਾਂ 'ਤੇ ਖੜਿਆ ਕਰ ਸਕੇ, ਔਰ ਬਹੁਤ ਹੀ ਇਹਨਾਂ ਦੇ ਘਰ ਦੀ ਜਿਹੜੀ ਹਾਲਤ ਆ ਉਹ ਦੁਰਬਲਤਾਈ ਔਰ ਗੁੱਬਤ ਆ, ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਐਨਆਰਆਈ ਵੀਰਾਂ ਕੋਲੋਂ ਔਰ ਸਮਾਜ ਸੇਵਕ ਕੋਲੋਂ ਇਸ ਘਰ ਦੀ ਮਦਦ ਦੀ ਮੰਗ ਕਰਦੇ ਹਾਂ। ਕਿਹੜਾ ਪਿੰਡ ਹੈ? ਇਹ ਪਿੰਡ ਲੰਗੋਵਾਲ ਖੁਰਦ ਆ। ਆਵਾਜ਼ ਕੌਮ ਟੀਵੀ ਲਈ ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ।